ਕਿਰਲੋਸਕਰ ਇੰਜਣ ਦੇ ਵਿੱਚ ਆ ਮਿੱਤਰੋ, ਇਹ ਕਿਰਲੋਸਕਰ ਇੰਜਣ ਪਹਿਲਾਂ ਆਉਂਦਾ ਹੁੰਦਾ ਸੀ ਅਤੇ ਡਰਾਮੇ ਡਰਾਮਾ ਟਰੈਕਟਰਾਂ ਦੇ ਵਿੱਚ ਆਇਆ, ਅਤੇ ਜਿਹੜੇ ਵੀ ਉਹਨੂੰ ਪਤਾ ਵੀ ਕਿਰਲੋਸਕਰ ਇੰਜਣ ਚੀਜ਼ ਕੀ ਆ, ਗੁਡੀਅਰ ਦੇ ਟਾਇਰ ਲੱਗੇ ਆ ਮਿੱਤਰੋ, ਜਿਵੇਂ ਕਹਿੰਦੇ ਕੰਪਨੀ ਦੇ ਟਾਇਰ ਪਾਏ ਵੇ ਜਹਾਜ਼ੀ ਵੀ ਨਹੀਂ, ਥੱਲੇ ਕਰਚਣ ਆਹ ਰੰਗ ਸਾਰਾ ਚੈਂਬਰ ਤੋਂ ਪੱਟਿਆ ਜਾਂਦਾ, ਰੰਗ ਪੇਂਟ ਸਾਰਾ ਉਵੇਂ ਪਿਆ, ਉਵੇਂ ਦਾ ਉਵੇਂ ਬਰਕਰਾਰ ਆ, ਓਰੀਜਨਲ ਰੰਗ ਪੇਂਟ ਪਿਆ। 2002 ਮਾਡਲ ਆ, ਅਤੇ ਕੰਡੀਸ਼ਨ ਟਰੈਕਟਰ ਦੀ ਜੇ ਆਪਾਂ ਗੱਲ ਕਰੀਏ ਮਿੱਤਰੋ, 10-11 ਮਾਡਲ ਵਾਲੀ ਆ, ਦੇਖੋ ਇੰਜਣਾਂ ਦਾ 10-11 ਮਾਡਲ ਵਾਲੀ ਕੰਡੀਸ਼ਨ ਆ, ਟਰੈਕਟਰ ਬਹੁਤ ਸਾਫ਼ ਪਿਆ ਮਿੱਤਰੋ, ਜਿਹੜੇ ਹਿਸਾਬ ਨਾਲ ਮਾਡਲ ਆ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਸਾਰਿਆਂ ਦਾ, ਆਪਾਂ ਖੜਿਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ 'ਤੇ, ਅਤੇ ਇਹ ਮੰਡੀ ਹਰ ਸੋਮਵਾਰ ਵਾਲੇ ਦਿਨ ਲੱਗਦੀ ਹੈ, ਅਤੇ ਇਹ ਮੰਡੀ ਦੀ ਆਪਾਂ ਮਿੱਤਰੋ ਵੀਡੀਓ ਪਾਉਣੀ ਹੁੰਦੀ, ਤੁਹਾਨੂੰ ਪਤਾ ਹੈ ਨਾ, ਅਤੇ ਅੱਜ ਤੁਹਾਨੂੰ ਦੱਸਾਂਗੇ ਕਿਲੇ ਕਿਲੇ ਟਰੈਕਟਰ ਦਾ ਰੇਟ ਅਤੇ ਆਉਂਦਾ ਡੀਟੇਲ ਅਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਆਹ ਟਰੈਕਟਰ ਦੀ ਮਿੱਤਰੋ ਜੀ ਹੁਣ ਆਪਾਂ ਗੱਲ ਕਰੀਏ, ਸਵਰਾਜ 855 ਜੀ, 2018 ਮਾਡਲ ਆ, ਅਤੇ ਸਿਰਫ ਇਹ 1200 ਘੰਟੇ ਚੱਲਿਆ, ਅਤੇ ਇੱਕ ਵਾਰੀ ਕੈਮਰਾ ਮਾਰ ਦੀ ਇੱਧਰ ਮੀਟਰ 'ਤੇ, ਜਿਹੜੇ ਮੀਟਰ ਦਿਖਾ ਦੀ, 1200 ਘੰਟਾ ਚੱਲਿਆ ਮਿੱਤਰੋ ਟਰੈਕਟਰ ਇਹ ਕੋਹਲੀ, ਅਤੇ ਟਰੈਕਟਰ ਜਮ੍ਹਾਂ ਜੈਨੂਨ ਆ, ਓਰੀਜਨਲ ਚੱਲਿਆ ਜੀ ਟਰੈਕਟਰ, ਅਤੇ ਕੰਡੀਸ਼ਨ ਦੇਖੋ ਟਰੈਕਟਰ ਦੀ, ਜਮ੍ਹਾਂ ਜਾਂਸੀ ਵਾਲੀ ਪਈ ਆ, 1200 ਘੰਟਾ ਚੱਲਿਆ। ਕਿਸਾਨ ਵੀਰ ਦੇ ਡਾਇਰੈਕਟ ਖਰੀਦ ਸਕਦੇ ਹੋ ਤੁਸੀਂ, ਨੰਬਰ ਬਾਈ ਦਾ ਆਪਾਂ ਪਾਵਾਂਗੇ, ਡੰਡਾ ਟਰਾਵਲ ਸਮੇਤ ਆ, ਪਿੱਛੇ ਤੋਂ ਦੇਖ ਸਕਦੇ ਹੋ ਮਿੱਤਰੋ, ਟਰੈਕਟਰ ਪੂਰਾ ਸਮਾਈ ਦੇ ਵਿੱਚੋਂ ਆਇਆ ਹੋਇਆ, ਕੰਡੀਸ਼ਨ ਤੁਹਾਡੇ ਸਾਹਮਣੇ ਆ। ਅਤੇ ਇਹ ਟਰੈਕਟਰ ਦੀ ਰੇਟ ਦੀ ਗੱਲ ਕਰੀਏ, ਮਾਡਲ ਹੈਗਾ ਜੀ 18-6,35,000 ਰੁਪਇਆ ਵੀਰ ਨੇ ਡਿਮਾਂਡ ਰੱਖੀ ਆ, ਬਾਕੀ ਰੇਟ ਆ ਮਿੱਤਰੋ ਜਿਹੜਾ ਮੌਕੇ ਦਾ। ਅਤੇ ਹੁਣ ਇਹ ਟਰੈਕਟਰ ਅਤੇ 2 ਟਰੈਕਟਰ ਹੋਰ ਤੁਹਾਨੂੰ ਦਿਖਾਵਾਂਗੇ, ਇੱਕੇ ਵੀਰ ਦੇ ਨੇ, ਅਤੇ ਉਹਦਾ ਨੰਬਰ ਬੋਲ ਦਿੰਦੇ ਹਾਂ ਤੁਹਾਨੂੰ ਇੱਕ ਵਾਰੀ, 98-722-99-280, ਇਹ ਵੀਰ ਦਾ ਮੋਬਾਈਲ ਨੰਬਰ ਹੈ, ਇਹ ਨੰਬਰ 'ਤੇ ਤੁਸੀਂ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਆ ਜਿਹੜਾ ਲਿਜਾ ਸਕਦੇ ਹੋ। ਅਤੇ ਹੁਣ ਜੇ ਅੱਗੇ ਗੱਲ ਕਰੀਏ ਫਾਰਮ ਟਰੈਕ 60, ਇਹਦੇ ਮਾਰ ਦੀ ਕੈਮਰਾ 50 ਨੰਬਰ ਦੇ ਵਿੱਚ ਆ, 2010 ਮਾਡਲ ਆ ਟਰੈਕਟਰ, ਅਤੇ ਬੈਕ ਟਾਇਰ ਗੁਡੀਅਰ ਦੇ ਵਿੱਚ ਆ ਮਿੱਤਰੋ, ਕੰਡੀਸ਼ਨ ਟਾਇਰਾਂ ਦੀ ਚੰਗੀ ਪਈ ਆ। ਅਤੇ ਟਰੈਕਟਰ ਦੀ ਗੱਲ ਕਰੀਏ, ਜੈਨੂਨ ਟਰੈਕਟਰ ਆ ਮਿੱਤਰੋ, ਇੱਧਰਲੇ ਪਾਸੇ ਆ ਕੇ ਇੱਕ ਵਾਰੀ ਕੈਮਰਾ ਮਾਰ ਦੀ ਅਸੀਂ, ਚੱਲ ਪਿੱਛੇ ਮਾਰ ਗਏ ਨਾ, ਡੰਡਾ ਡਰਾਵਲ ਸਮੇਤ ਆ ਮਿੱਤਰੋ ਟਰੈਕਟਰ, ਅਸੈਸਰੀ ਸਾਰੀ ਟਰੈਕਟਰ ਦੇ ਨਾਲ ਆ ਜਿੰਨੀ ਆਊਗੀ, 50 ਨੰਬਰ ਦੇ ਵਿੱਚ ਆ। ਅਤੇ ਇੱਧਰ ਪੰਪ ਪੁੰਪ ਵਾਲੇ ਪਾਸੇ ਦੇਖੋ ਮਿੱਤਰੋ, ਕਿਸੇ ਪਾਸੇ ਕੋਈ ਲੀਕੇਜ ਨਹੀਂ ਹੈਗੀ, ਪੰਪ ਪੁੰਪ ਦੇਖੋ ਜਮ੍ਹਾਂ ਸੁੱਕਾ ਪਿਆ ਗਾ, ਅਤੇ ਕੰਡੀਸ਼ਨ ਪੂਰੀ ਚੰਗੀ ਆ। ਬੀੜ ਦਾ ਨੰਬਰ ਸੁਣੋ, ਆਪਾਂ ਪਹਿਲਾਂ ਬੋਲ ਹੀ ਦਿੱਤਾ, ਇਹ ਟਰੈਕਟਰ ਵੀ ਉਸੇ ਬੀੜ ਦਾ ਹੀ ਆ, 10 ਮਾਡਲ ਆ ਜੀ, 50 ਨੰਬਰ ਆ, 3,00,045,000 ਰੁਪਇਆ ਡਿਮਾਂਡ ਆ, ਬਾਕੀ ਰੇਟ ਤੁਹਾਨੂੰ ਪਤਾ ਮੌਕੇ ਦਾ ਹੁੰਦਾ। ਅਤੇ ਹੁਣ ਅੱਗੇ ਆ ਗਿਆ ਮਿੱਤਰੋ ਫਿਰ ਸਵਰਾਜ 855, ਹੁੱਡ ਵਾਲੀ ਛਾਤਰੀ ਲੱਗੀ ਵੀ ਆ ਮਿੱਤਰੋ, ਟਾਇਰ ਟੂਰ ਜਮ੍ਹਾਂ ਚੰਗੇ ਪਏ ਆ, ਬੈਕ ਟਾਇਰ ਦੇਖੋ ਮਿੱਤਰੋ 75-80 ਪੈਸੇ ਦਾ ਟਾਇਰ ਹੀ ਪਏ ਆ ਪੂਰੇ ਘੰਟੇ, ਜਿਵੇਂ ਕਹਿੰਦੀ ਕਿਸਾਨ ਵੀਰ ਵਾਲੀ ਭਾਸ਼ਾ ਦੇ ਵਿੱਚ, ਜਿੰਨੇ ਟਾਇਰ ਟਰੈਕਟਰ ਦੇ ਹੋਣ ਪਏ ਆ, ਅਤੇ ਇੱਥੇ ਆ ਕੇ ਵਧੀਆ ਮੰਨ ਕੇ ਚਲੋ ਵੀ ਖੜ੍ਹਦੇ ਆ, ਅਤੇ ਇੱਥੋਂ ਘਸਣੇ ਸਟਾਰਟ ਹੁੰਦੇ ਆ ਟਾਇਰ, ਹੁੱਡ ਵਾਲੀ ਛਾਤਰੀ ਲੱਗੀ ਵੀ ਆ, ਬੱਤੀ ਬੁੱਤੀ ਲੱਗੀ ਵੀ ਆ ਸਾਈਡ 'ਤੇ ਮਿੱਤਰੋ, ਅਤੇ ਬਾਕੀ ਆਹ ਮੈਟ ਆ ਜਿਹੜੇ, ਇਹ ਦੱਸਦੇ ਆ ਟਰੈਕਟਰ ਆ ਜਿਹੜਾ ਪੂਰੀ ਸਮਾਈ 'ਚੋਂ ਆਇਆ ਵਾ, ਕਿਸਾਨ ਵੀਰ ਦਾ ਸ਼ੌਂਕ ਨਾਲ ਰੱਖਿਆ ਵਾ ਟਰੈਕਟਰ, 2010 ਮਾਡਲ ਆ ਜੀ, ਅਤੇ ਡਿਮਾਂਡ ਵੀਰ ਨੇ ਰੱਖੀ ਆ 3,95,000 ਰੁਪਇਆ। ਅਤੇ ਇਹ ਟਰੈਕਟਰ ਦੀ ਜੇ ਖਾਸੀਅਤ ਦੀ ਗੱਲ ਕਰੀਏ, ਉਹਨੇ ਲਿਆ ਕੈਮਰਾ, ਹੁਣ ਤੈਨੂੰ ਵੀ ਚੀਜ਼ ਦਿਖਾ ਦਈਏ, ਜੱਸੀ ਹਾਂ ਇੱਥੇ ਮਾਰ ਕੈਮਰਾ, ਕਿਰਲੋਸਕਰ ਇੰਜਣ ਦੇ ਵਿੱਚ ਆ ਮਿੱਤਰੋ, ਇਹ ਕਿਰਲੋਸਕਰ ਇੰਜਣ ਪਹਿਲਾਂ ਆਉਂਦਾ ਹੁੰਦਾ ਸੀ, ਅਤੇ ਡਰਾਮੇ ਡਰਾਮਾ ਟਰੈਕਟਰਾਂ ਦੇ ਵਿੱਚ ਆਇਆ, ਅਤੇ ਜਿਹੜੇ ਵੀ ਉਹਨੂੰ ਪਤਾ ਵੀ ਕਿਰਲੋਸਕਰ ਇੰਜਣ ਚੀਜ਼ ਕੀ ਆ, ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਮਿੱਤਰੋ। ਕਹਿੰਦੇ ਬੜਕ ਬਾਹਲੀ ਜਾਂਦਰੀ ਹੁੰਦੀ ਆ ਕਿਰਲੋਸਕਰ ਇੰਜਣ ਟਰੈਕਟਰ ਦੀ, 10 ਮਾਡਲ ਆ, ਰੇਟ ਤੁਹਾਨੂੰ ਟਰੈਕਟਰ ਦਾ ਆਪਾਂ ਦੱਸ ਹੀ ਦਿੱਤਾ, 3,95,000 ਰੁਪਇਆ ਡਿਮਾਂਡ ਆ, ਬਾਕੀ ਰੇਟ ਮਿੱਤਰੋ ਮੌਕੇ ਦਾ ਟਰੈਕਟਰ ਦਾ। ਹੁਣ ਇਹਦੇ ਜਿਵੇਂ ਕਹਿੰਦੀ ਛੋਟੇ ਭਾਈ ਤੋਂ ਲੱਗਦੇ ਸਰ, ਸਵਰਾਜ 735 ਖੜਾ, 2002 ਮਾਡਲ ਦੇ ਵਿੱਚ, ਅਤੇ ਚੌਕੜਾ ਟਾਇਰਾਂ ਦਾ ਮਿੱਤਰੋ ਜਮ੍ਹਾਂ ਨਵੇਂ ਹੀ ਪਿਆ ਗਾ, ਫਰੰਟ ਟਾਇਰ ਸੀਏਟ ਦੇ ਵਿੱਚ ਨੇ, ਦੇਖੋ ਮਿੱਤਰੋ ਸੀਏਟ ਜਿਵੇਂ ਕਹਿੰਦੀ ਗੁੱਡੀਆਂ 'ਤੇ ਉਵੇਂ ਦੀ ਸੀ ਜਾਂਦਾ, ਸੀਏਟ ਦੇ ਟਾਇਰ ਨੇ, ਬੈਕ ਟਾਇਰ ਵੀ ਪੂਰੇ ਫੁੱਲ ਚੰਗੇ ਪਏ ਨੇ, ਬੈਕ ਟਾਇਰ ਜੇ ਕੇ ਦੇ ਲੱਗੇ ਪਏ ਟਰੈਕਟਰ ਦੇ, 735 ਸਵਰਾਜ ਆ ਜੀ, ਬਾਕੀ ਪੰਪ ਪੁੰਪ 'ਤੇ ਮਾਰ ਕੈਮਰਾ ਜੀ, ਜਮ੍ਹਾਂ ਸੁੱਕਾ ਪੰਪ ਪਿਆ,
ਕਿਸੇ ਪਾਸੇ ਕੋਈ ਲੀਕੇਜ ਨਹੀਂ ਹੈਗੀ, ਜਿਵੇਂ ਕਿ ਇਹਦੀ ਪੂਰੀ ਫੁੱਲ ਸਮਾਈ ਦੇ ਵਿੱਚ ਟਰੈਕਟਰ 2002 ਮਾਡਲ ਆ, ਅਤੇ ਕੰਡੀਸ਼ਨ ਟਰੈਕਟਰ ਦੀ ਆਪਾਂ ਗੱਲ ਕਰੀਏ ਮਿੱਤਰੋ 10-11 ਮਾਡਲ ਵਾਲੀ ਹੈ। ਦੇਖੋ ਇੰਜਣ ਦਾ 10-11 ਮਾਡਲ ਵਾਲੀ ਕੰਡੀਸ਼ਨ ਹੈ ਟਰੈਕਟਰ, ਬਹੁਤ ਸਾਫ਼ ਪਿਆ ਮਿੱਤਰੋ। ਜਿਹੜੇ ਹਿਸਾਬ ਨਾਲ ਮਾਡਲ ਆ, 2 ਮਾਡਲ ਆ, 2,65,000 ਰੁਪਇਆ ਵੀ ਇਹਨਾਂ ਨੇ ਡਿਮਾਂਡ ਰੱਖੀ ਆ। ਰੇਟ ਆ ਜਿਹੜਾ ਮਿੱਤਰੋ ਤੁਹਾਨੂੰ ਪਤਾ ਵੀ ਮੌਕੇ ਦਾ, ਗੱਲਬਾਤ ਕਰਕੇ ਲਿਜਾ ਸਕਦੇ ਹੋ। ਅਤੇ ਆਹ 3 ਟਰੈਕਟਰ ਇੱਕੇ ਬੀਡ ਦੇ ਨੇ, ਬੀਡ ਦਾ ਨਾਂ ਹੈਗਾ ਜੱਸੀ, ਅਤੇ ਇਹ ਬੀਡ ਦਾ ਮੋਬਾਈਲ ਨੰਬਰ ਹੈਗਾ ਜੀ 90417-75-331। ਆਹ ਜੌਂਡੀਅਰ ਟਰੈਕਟਰ ਵੀ ਉਹਦੀ ਆ। ਹੁਣ ਇਹਦੇ ਬਾਰੇ ਦਿੰਦੇ ਹਾਂ ਤੁਹਾਨੂੰ ਜਾਣਕਾਰੀ, 52-04 ਜੌਂਡੀਅਰ ਆ। ਸੂਰਜ ਮਿੱਤਰੋ ਸੋਹ ਦੇ ਵਿੱਚ ਵੱਜ ਕੇ ਮੁੜਦਾ, ਸੋਹ ਦੱਸਦੀ ਆ ਟਰੈਕਟਰ, ਜਿਵੇਂ ਕਹੀਏ ਧੁੱਪ ਨਹੀਂ ਲੱਗਣ ਦਿੱਤੀ ਵੀਰ ਨੇ, ਨਹੀਂ ਇੱਥੇ ਡੱਬ ਜਿਹਾ ਪੈ ਜਾਂਦਾ ਹੁੰਦਾ ਜੌਂਡੀਅਰ ਦੇ, ਸੋਹ ਦੇ ਉੱਤੇ ਡੱਬ ਜਿਹਾ ਪੈ ਜਾਂਦਾ। ਅਤੇ ਦੇਖ ਸਕਦੇ ਹੋ ਮਿੱਤਰੋ ਟਰੈਕਟਰ ਪੂਰਾ ਸਾਫ਼ ਪਿਆ, ਡੰਡਾ ਡਰਾਵਲ ਸਮੇਤ ਆ, ਡੰਡਾ ਆ ਪਿਆ ਅਤੇ ਡਰਾਵਲ ਪਿੱਛੇ ਵੀ ਪਈ ਪਈ ਆ, ਅਤੇ ਡੰਡਾ ਇੱਕ ਮਾਗਰ ਵੀ ਪਿਆ ਜਿਵੇਂ ਕਹੀਏ ਟਰੈਕਟਰ ਦਾ। ਇਹ ਥੋੜ੍ਹਾ ਜਿਹਾ ਵਿੰਗਾ ਹੋਇਆ ਵਾ ਤਾਂ ਕਰਕੇ ਵੀਰ ਐਡਵਾਂਸ 'ਚ ਹੀ ਲੈ ਕੇ ਆਇਆ। ਅਤੇ ਕੰਡੀਸ਼ਨ ਜਮਾਂ ਓਕੇ ਆ ਮਿੱਤਰੋ, ਗੁੜੀਅਰ ਦੇ ਟਾਇਰ ਲੱਗੇ ਵੇ, ਟਾਇਰ ਵੀ ਪੂਰੇ ਚੰਗੇ ਪਏ ਆ, 65-70 ਪੈਸੇ ਟਾਇਰ ਪਏ ਟਰੈਕਟਰ ਦੇ। ਦੇਖੋ ਸਾਫ਼ ਪੂਰਾ ਘੈਂਟ ਟਰੈਕਟਰ ਪਿਆ, ਇੱਧਰ ਸਾਈਡ ਦੇਖੋ ਮਿੱਤਰੋ, ਪੰਪ ਨਾਲ ਵੀ ਜਿਵੇਂ ਕਹੀਏ ਕੋਈ ਬਾਹਲੀ ਛੇੜ ਛਾੜ ਨਹੀਂ ਹੋਈ ਵੀ, ਨਹੀਂ ਜਿਵੇਂ ਕਹਿੰਦੇ ਹੁੰਦੇ ਆਹ ਨੱਟ ਜਾ ਤਾਂ ਖੋਲ ਹੀ ਦਿੰਦਾ ਬੰਦਾ ਰੇਸ ਜੀ ਵਾਲਾ, ਤਾਂ ਇਹਦੇ ਨਾਲ ਵੀ ਜਮਾਂ ਛੇੜ ਛਾੜ ਨਹੀਂ ਹੋਈ ਵੀ। ਇਹ ਜੌਂਡੀਅਰ ਟਰੈਕਟਰ ਮਿੱਤਰੋ ਬਕਾਊਗਾ, ਪੰਜਾਬ ਨੰਬਰ ਦੇ ਵਿੱਚ ਆ, PV09 ਨੰਬਰ ਆ ਟਰੈਕਟਰ ਦਾ। ਮਾਡਲ ਹੈਗਾ ਜੀ 2010-52-04 ਟਰੈਕਟਰ ਆ ਜੀ, 4,25,000 ਰੁਪਇਆ ਟਰੈਕਟਰ ਦੀ ਡਿਮਾਂਡ ਆ। ਨੰਬਰ ਵਾਈਜ਼ ਦਾ ਬੋਲਤਾ ਲਾ ਲਿਓ, ਅਤੇ ਆਹ ਜਿਵੇਂ ਕਹਿੰਦੇ ਆ ਖੜ੍ਹੇ ਹੀ ਰੋਹਬ ਜਿਹਾ ਪਾਈ ਜਾਂਦਾ ਟਰੈਕਟਰ, ਪਹਿਲਾਂ ਤਾਂ ਉਹ ਤੋਂ ਇੱਧਰ ਮਾਰ ਗਿਆ ਪਿਆ ਦੱਸੀ, ਵੇਟ ਲੱਗੇ ਵੇ ਆ, ਅਤੇ ਜਿਹੜੇ ਆਹ ਜਹਾਜ਼ੀ ਟਾਇਰ ਨਾ ਇਹ ਚਾਈਨਾ ਦੇ ਨਹੀਂ ਲੱਗੇ ਵੇ, ਵੱਡੀ ਗੱਲ ਆ, ਗੁੜੀਅਰ ਦੇ ਟਾਇਰ ਲੱਗੇ ਆ ਮਿੱਤਰੋ। ਜਿਵੇਂ ਕਹਿੰਦੇ ਕੰਪਨੀ ਦੇ ਟਾਇਰ ਪਾਏ ਵੇ ਆ, ਜਹਾਜ਼ੀ ਵੀ ਨਹੀਂ, ਬੰਦਾ ਚਾਈਨਾ ਜੀ ਦੇ ਪਾ ਲੈਂਦਾ ਵੀ ਚੱਲ ਕੋਈ ਚੱਕਰ ਨਹੀਂ, ਆਪਾਂ ਤਾਂ ਸ਼ੋਅ ਨੂੰ ਪਾਉਣੇ ਆ ਹੈ ਨਾ, ਜੇ ਆਪਾਂ ਕਿਹੜਾ ਕੰਮ ਲੈਣਾ। ਜਿਵੇਂ ਕਹਿੰਦੇ ਗੁੜੀਅਰ ਦੇ ਟਾਇਰ ਲੱਗੇ ਵੇ ਆ, ਅਤੇ ਬੈਕ ਟਾਇਰ ਵੀ ਪੂਰੇ ਚੰਗੇ ਪਏ ਆ, ਬੈਕ ਟਾਇਰ ਵੀ ਗੁੜੀਅਰ ਦੇ ਵਿੱਚ ਆ। ਅਤੇ ਟਰੈਕਟਰ ਮਿੱਤਰੋ ਪੂਰਾ ਫੁੱਲ ਹੀ ਸਾਫ਼ ਪਿਆ, ਲਾਏ PTO ਆ, ਫਾਰਮ ਟਰੈਕ 60 ਜੀ। ਅਤੇ ਇਹ ਟਰੈਕਟਰ ਫੋੜ ਤੋਂ ਬਾਅਦ ਬੰਦਾ ਇਹ ਟਰੈਕਟਰ ਲੈਂਦਾ, PV069 ਨੰਬਰ ਆ, 2008 ਮਾਡਲ ਆ, ਡਿਮਾਂਡ ਹੈਗੀ ਆ 3,25,000 ਰੁਪਇਆ। ਅਤੇ ਆਹ ਦੇਖੋ ਮਿੱਤਰੋ, ਨਹੀਂ ਥੱਲੇ ਕਰਚਣ, ਆਹ ਰੰਗ ਸਾਰਾ ਚੈਂਬਰ ਤੋਂ ਪੱਟਿਆ ਜਾਂਦਾ, ਰੰਗ ਪੇਂਟ ਸਾਰਾ ਉਵੇਂ ਪਿਆ, ਉਵੇਂ ਦਾ ਉਵੇਂ ਬਰਕਰਾਰ ਆ, ਓਰੀਜਨਲ ਰੰਗ ਪੇਂਟ ਪਿਆ। ਟਰੈਕਟਰ ਪੂਰਾ ਸਾਫ਼ ਆ, ਡੰਡਾ ਫੱਟੀ ਡਰਾਵਲ ਤੁਹਾਨੂੰ ਸਾਰਾ ਕੁਛ ਮਿਲੂਗੀ ਮਿਲੂਗਾ, ਜਿੰਨੀ ਅਸੈਸਰੀ ਟਰੈਕਟਰ ਦੇ ਨਾਲ ਆਉਂਦੀ ਆ ਤੁਹਾਨੂੰ ਸਾਰੀ ਮਿਲ ਜਾਣੀ ਆ। ਦੋਨੇ ਵੀਰਾਂ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾ ਤਾ, ਗੱਲਬਾਤ ਕਰਕੇ ਮਿੱਤਰੋ ਟਰੈਕਟਰ ਆ ਜਿਹੜੇ ਤੁਸੀਂ ਲਿਜਾ ਸਕਦੇ ਹੋ, 3 ਇੱਧਰ ਖੜੇ ਆ, 3 ਨਾ ਖੜੇ ਆ, ਅਤੇ ਬਾਕੀ ਮੰਡੀ ਸੋਮਵਾਰ ਵਾਲੇ ਦਿਨ ਲੱਗਦੀ ਆ, ਇਹ ਵੱਡੀ ਮੰਡੀ ਦੇ ਵਿੱਚ ਆਪਾਂ ਇਸ ਵਕਤ ਖੜੇ ਹਾਂ ਮਿੱਤਰੋ। ਪਹੁੰਚੋ, ਟਰੈਕਟਰ ਲਿਜਾ ਸਕਦੇ, ਮੰਦਰੀ ਦਾ ਰੇਟ ਆ ਜਿਵੇਂ ਕਹਿੰਦੀ, ਹੁਣ ਝੋਨੇ ਦਾ ਟਾਈਮ ਆ ਗਿਆ ਅਤੇ ਕਿਸਾਨ ਵੀਰ ਵਿਹਲੇ ਜੇ ਹੋਏ ਪਿਆ, ਅਤੇ ਟਰੈਕਟਰ ਖੋਜ ਦੇ ਵਿੱਚ ਵੀ ਆ, ਅਤੇ ਆਹ ਟਾਈਮ ਦੇ ਵਿੱਚ ਟਰੈਕਟਰ ਜਿਹੜਾ ਭਾਅ ਦੇ ਵਿੱਚ ਮਿਲ ਜਾਂਦਾ। ਕਰ ਦੋ ਦੱਬ ਕੇ ਵੀਡੀਓ ਨੂੰ ਸ਼ੇਅਰ। ਸੋ ਬਹੁਤ ਬਹੁਤ ਧੰਨਵਾਦ ਜੀ। ਕਿੰਨੇ ਮਿੰਟ ਦੀ